ਜਿੱਥੇ ਲੱਗਿਆ ਸੀ ਸ਼ਰਾਬ ਤੇ ਬੈਨ, ਉਸੇ ਥਾਂ ਤੇ ਸ਼ਰੇਆਮ ਛਲਕਾਏ ਗਏ ਜਾਮ। ਡਾਂਸਰ ਦੇ ਨਾਲ ਨੱਚਦਿਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ। ਇੱਕ ਸ਼ਖਸ ਜੋ ਕਿ ਤੁਹਾਨੂੰ ਡਾਂਸਰ ਦੇ ਨਾਲ ਨੱਚਦਾ ਦਿਖਾਈ ਦੇ ਰਿਹਾ ਹੋਵੇਗਾ, ਇਸ ਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਫੜੀ ਹੋਈ ਹੈ। ਇਹ ਸ਼ਰਾਬ ਇਸ ਇਲਾਕੇ ਦੇ ਵਿੱਚ ਬੈਨ ਹੈ, ਉਸ ਦੇ ਬਾਵਜੂਦ ਪੂਰੇ ਵਿਆਹ ਸਮਾਗਮ ਦੇ ਵਿੱਚ ਧੜੱਲੇ ਦੇ ਨਾਲ ਸ਼ਰਾਬ ਚੱਲ ਰਹੀ ਹੈ। ਦੱਸ ਦਈਏ ਕਿ ਤਸਵੀਰਾਂ ਬਿਹਾਰ ਦੇ ਕੋਲ ਰਹੀ ਪਿੰਡ ਦੀ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇੱਕ ਆਰਕੈਸਟਰਾ ਤੇ ਕੁੜੀ ਨੱਚ ਰਹੀ ਹੁੰਦੀ ਹੈ। ਇੱਕ ਸ਼ਖਸ ਹੱਥ ਦੇ ਵਿੱਚ ਬੋਤਲ ਲਿਆ ਕੇ ਦੇਖੋ ਕਿਵੇਂ ਜਾਮ ਛਲਕਾ ਰਿਹਾ ਹੈ, ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ ਬਿਹਾਰ ਭਰ ਦੇ ਵਿੱਚ ਦਾਰੂ ਤੇ ਬੈਨ ਲੱਗਿਆ ਹੋਇਆ ਹੈ। ਦਾਰੂ ਕਿਸੇ ਵੀ ਨਾ ਠੇਕੇ ਤੋਂ ਮਿਲ ਸਕਦੀ ਹੈ ਤੇ ਨਾ ਹੀ ਦੋ ਨੰਬਰ ਤੇ, ਪਰ ਉਸਦੇ ਬਾਵਜੂਦ ਇਸ ਵਿਆਹ ਦੇ ਵਿੱਚ ਦੇਖੋ ਕਿਵੇਂ ਧੜੱਲੇ ਦੇ ਨਾਲ ਦਾਰੂ ਚੱਲੀ। ਇਹ ਸ਼ਖਸ ਵੀਡੀਓ ਬਣਵਾਉਂਦਾ ਹੋਇਆ ਗਾਣਿਆਂ ਤੇ ਨੱਚ ਰਿਹਾ ਤੇ ਇਸਦੇ ਹੱਥ ਦੇ ਵਿੱਚ ਬੋਤਲ ਫੜੀ ਹੋਈ ਹੈ, ਉਹ ਵੀ ਸ਼ਰਾਬ ਦੀ। ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਲੱਗਿਆ ਸੀ ਸ਼ਰਾਬ ਤੇ ਬੈਨ, ਉਸੇ ਥਾਂ ਤੇ ਸ਼ਰੇਆਮ ਛਲਕਾਏ ਗਏ ਜਾਮ। ਡਾਂਸਰ ਦੇ ਨਾਲ ਨੱਚਦਿਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ। ਇੱਕ ਸ਼ਖਸ ਜੋ ਕਿ ਤੁਹਾਨੂੰ ਡਾਂਸਰ ਦੇ ਨਾਲ ਨੱਚਦਾ ਦਿਖਾਈ ਦੇ ਰਿਹਾ ਹੋਵੇਗਾ, ਇਸ ਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਫੜੀ ਹੋਈ ਹੈ। ਇਹ ਸ਼ਰਾਬ ਇਸ ਇਲਾਕੇ ਦੇ ਵਿੱਚ ਬੈਨ ਹੈ, ਉਸ ਦੇ ਬਾਵਜੂਦ ਪੂਰੇ ਵਿਆਹ ਸਮਾਗਮ ਦੇ ਵਿੱਚ ਧੜੱਲੇ ਦੇ ਨਾਲ ਸ਼ਰਾਬ ਚੱਲ ਰਹੀ ਹੈ। ਦੱਸ ਦਈਏ ਕਿ ਤਸਵੀਰਾਂ ਬਿਹਾਰ ਦੇ ਕੋਲ ਰਹੀ ਪਿੰਡ ਦੀ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇੱਕ ਆਰਕੈਸਟਰਾ ਤੇ ਕੁੜੀ ਨੱਚ ਰਹੀ ਹੁੰਦੀ ਹੈ। ਇੱਕ ਸ਼ਖਸ ਹੱਥ ਦੇ ਵਿੱਚ ਬੋਤਲ ਲਿਆ ਕੇ ਦੇਖੋ ਕਿਵੇਂ ਜਾਮ ਛਲਕਾ ਰਿਹਾ ਹੈ, ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ ਬਿਹਾਰ ਭਰ ਦੇ ਵਿੱਚ ਦਾਰੂ ਤੇ ਬੈਨ ਲੱਗਿਆ ਹੋਇਆ ਹੈ। ਦਾਰੂ ਕਿਸੇ ਵੀ ਨਾ ਠੇਕੇ ਤੋਂ ਮਿਲ ਸਕਦੀ ਹੈ ਤੇ ਨਾ ਹੀ ਦੋ ਨੰਬਰ ਤੇ, ਪਰ ਉਸਦੇ ਬਾਵਜੂਦ ਇਸ ਵਿਆਹ ਦੇ ਵਿੱਚ ਦੇਖੋ ਕਿਵੇਂ ਧੜੱਲੇ ਦੇ ਨਾਲ ਦਾਰੂ ਚੱਲੀ। ਇਹ ਸ਼ਖਸ ਵੀਡੀਓ ਬਣਵਾਉਂਦਾ ਹੋਇਆ ਗਾਣਿਆਂ ਤੇ ਨੱਚ ਰਿਹਾ ਤੇ ਇਸਦੇ ਹੱਥ ਦੇ ਵਿੱਚ ਬੋਤਲ ਫੜੀ ਹੋਈ ਹੈ, ਉਹ ਵੀ ਸ਼ਰਾਬ ਦੀ। ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿੱਥੇ ਲੱਗਿਆ ਸੀ ਸ਼ਰਾਬ ਤੇ ਬੈਨ, ਉਸੇ ਥਾਂ ਤੇ ਸ਼ਰੇਆਮ ਛਲਕਾਏ ਗਏ ਜਾਮ। ਡਾਂਸਰ ਦੇ ਨਾਲ ਨੱਚਦਿਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ। ਇੱਕ ਸ਼ਖਸ ਜੋ ਕਿ ਤੁਹਾਨੂੰ ਡਾਂਸਰ ਦੇ ਨਾਲ ਨੱਚਦਾ ਦਿਖਾਈ ਦੇ ਰਿਹਾ ਹੋਵੇਗਾ, ਇਸ ਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਫੜੀ ਹੋਈ ਹੈ। ਇਹ ਸ਼ਰਾਬ ਇਸ ਇਲਾਕੇ ਦੇ ਵਿੱਚ ਬੈਨ ਹੈ, ਉਸ ਦੇ ਬਾਵਜੂਦ ਪੂਰੇ ਵਿਆਹ ਸਮਾਗਮ ਦੇ ਵਿੱਚ ਧੜੱਲੇ ਦੇ ਨਾਲ ਸ਼ਰਾਬ ਚੱਲ ਰਹੀ ਹੈ। ਦੱਸ ਦਈਏ ਕਿ ਤਸਵੀਰਾਂ ਬਿਹਾਰ ਦੇ ਕੋਲ ਰਹੀ ਪਿੰਡ ਦੀ ਦੱਸੀਆਂ ਜਾ ਰਹੀਆਂ ਨੇ, ਜਿੱਥੇ ਇੱਕ ਆਰਕੈਸਟਰਾ ਤੇ ਕੁੜੀ ਨੱਚ ਰਹੀ ਹੁੰਦੀ ਹੈ। ਇੱਕ ਸ਼ਖਸ ਹੱਥ ਦੇ ਵਿੱਚ ਬੋਤਲ ਲਿਆ ਕੇ ਦੇਖੋ ਕਿਵੇਂ ਜਾਮ ਛਲਕਾ ਰਿਹਾ ਹੈ, ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ। ਤਾਂ ਤੁਹਾਨੂੰ ਦੱਸ ਦਈਏ ਕਿ ਪੂਰੇ ਬਿਹਾਰ ਭਰ ਦੇ ਵਿੱਚ ਦਾਰੂ ਤੇ ਬੈਨ ਲੱਗਿਆ ਹੋਇਆ ਹੈ। ਦਾਰੂ ਕਿਸੇ ਵੀ ਨਾ ਠੇਕੇ ਤੋਂ ਮਿਲ ਸਕਦੀ ਹੈ ਤੇ ਨਾ ਹੀ ਦੋ ਨੰਬਰ ਤੇ, ਪਰ ਉਸਦੇ ਬਾਵਜੂਦ ਇਸ ਵਿਆਹ ਦੇ ਵਿੱਚ ਦੇਖੋ ਕਿਵੇਂ ਧੜੱਲੇ ਦੇ ਨਾਲ ਦਾਰੂ ਚੱਲੀ। ਇਹ ਸ਼ਖਸ ਵੀਡੀਓ ਬਣਵਾਉਂਦਾ ਹੋਇਆ ਗਾਣਿਆਂ ਤੇ ਨੱਚ ਰਿਹਾ ਤੇ ਇਸਦੇ ਹੱਥ ਦੇ ਵਿੱਚ ਬੋਤਲ ਫੜੀ ਹੋਈ ਹੈ, ਉਹ ਵੀ ਸ਼ਰਾਬ ਦੀ। ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।